ਵਨ ਡੇ NSS ਕੈਂਪ ਸਕੂਲ ਆਫ ਫੈਮਿਨਿਸਟ ਦਸੂਆ। ਬੱਚੇ ਸਕੂਲ ਕੈਂਪਸ ਦੇ ਵਿੱਚ ਬਾਇਓਲੋਜੀ ਲੈਬ ਦੇ ਆਲੇ ਦੁਆਲੇ ਕੂੜੇ ਦੇ ਬਹੁਤ ਦੇਰ ਤੋਂ ਢੇਰ ਲੱਗੇ ਹੋਏ ਨੇ। ਬੱਚਿਆਂ ਨੇ ਅੱਜ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਦਿਆਂ ਹੋਇਆਂ, ਸਵੱਛਤਾ ਦੇ ਮਿਸ਼ਨ ਨੂੰ ਸਹੀ ਮਾਇਨੇ ਦੇ ਵਿੱਚ ਸਾਰਥਕ ਕਰਦਿਆਂ ਹੋਇਆਂ ਇਸ ਲੈਬ ਦੇ ਆਲੇ ਦੁਆਲੇ ਦੀ ਸਫਾਈ ਦਾ ਕੰਮ ਅੱਜ ਆਰੰਭਿਆ ਹੈ। ਬਹੁਤ ਬਹੁਤ ਧੰਨਵਾਦ NSS ਯੂਥ ਸਰਵਿਸਿਜ਼ ਪੰਜਾਬ।